ਅੰਮ੍ਰਿਤਪਾਲ ਸਿੰਘ ਦੀ ਮਾਤਾ ਜੀ ਦੇ ਵੱਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਅੰਮ੍ਰਿਤਪਾਲ ਸਿੰਘ ਦੀ ਮਾਤਾ ਦੇ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਦੱਸ ਦਈਏ ਕਿ ਪਿਛਲੇ ਦਿਨੀ ਅੰਮ੍ਰਿਤਪਾਲ ਸਿੰਘ ਦੀ ਕਥਿਤ ਤੌਰ ਤੇ ਇੱਕ ਆਡੀਓ ਵਾਇਰਲ ਹੋਈ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਆਪਣੇ ਸਾਥੀਆਂ ਸਮੇਤ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਕਰ ਦਿੱਤੀ ਹੈ, ਜਿਸ ਤੋਂ ਬਾਅਦ ਉਹਨਾਂ ਨੇ ਪੰਜਾਬ ਸ਼ਿਫਟ ਕਰਨ ਦੀ ਮੰਗ ਵੀ ਕੀਤੀ ਸੀ ਕਿ ਉਹਨਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਤੇ ਹੁਣ ਇਸੇ ਮੰਗ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਵੀ ਭੁੱਖ ਹੜਤਾਲ ਤੇ ਬੈਠ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਨਹੀਂ ਕੀਤਾ ਜਾਂਦਾ, ਉਹ ਭੁੱਖ ਹੜਤਾਲ ਤੇ ਹੀ ਰਹਿਣਗੇ। ਦੱਸ ਦਈਏ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਇਹ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਸ਼ਿਫਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਕਰੀਬ ਇੱਕ ਸਾਲ ਤੋਂ ਅੰਮ੍ਰਿਤਪਾਲ ਸਿੰਘ NSA ਦੇ ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਤੇ ਹੁਣ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੇ ਵੱਲੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਤੇ ਨਾਲ ਹੀ ਅੰਮ੍ਰਿਤਪਾਲ ਸਿੰਘ ਦੀ ਮਾਤਾ ਦੇ ਵੱਲੋਂ ਵੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚੇ ਵੀ ਭੁੱਖ ਹੜਤਾਲ ਤੇ ਨੇ ਤੇ ਉਹ ਵੀ ਉਦੋਂ ਤੱਕ ਅੰਨ ਪਾਣੀ ਮੂੰਹ ਨੂੰ ਨਹੀਂ ਲਾਉਣਗੇ ਜਦੋਂ ਤੱਕ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਨਹੀਂ ਕੀਤਾ ਜਾਂਦਾ। ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ, ਇਸੇ ਮੰਗ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਦੀ ਮਾਤਾ ਦੇ ਵੱਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਮਕਸਦ ਇਹ ਹੀ ਆ ਕਿ ਸ਼ਾਮ 'ਚ 7 ਦਿਨ ਤੋਂ ਅੱਜ ਜਿਹੜੇ 10 ਸਿੰਘ ਉਹ ਭੁੱਖ ਹੜਤਾਲ 'ਤੇ ਬੈਠੇ ਆ ਅਤੇ 3 ਦਿਨ ਤੋਂ ਅੰਮ੍ਰਿਤਸਰ ਦੀ ਜੇਲ੍ਹ 'ਚ ਵੀ 30 ਜਾਣੇ ਭੁੱਖ ਹੜਤਾਲ 'ਤੇ ਬੈਠੇ ਆ। ਇਹਨਾਂ ਪਰਸੋਂ ਅਸੀਂ ਇਸ ਵਿਸ਼ੇ 'ਤੇ DC ਨੂੰ ਮੰਗ ਪੱਤਰ ਵੀ ਦਿੱਤਾ, ਉਹਨਾਂ ਨੇ ਅਣਗੌਲਿਆ ਕਰ ਦਿੱਤਾ। ਅੱਜ ਅਸੀਂ ਇਹ ਸਿਰੋਂ ਪਾਣੀ ਲੰਘਿਆ ਅਤੇ ਫਿਰ ਅਸੀਂ ਇਹ ਫੈਸਲਾ ਚੁੱਕਿਆ ਕਿ ਅਸੀਂ ਵੀ ਜਿੰਨੇ ਵੀ NSA ਦੇ ਪਰਿਵਾਰ ਵਾ ਸਾਰੇ ਭੁੱਖ ਹੜਤਾਲ 'ਤੇ ਪਵਾਂਗੇ। ਇਹਤੋਂ ਬਾਅਦ ਹੀ ਕੋਈ ਫੈਸਲਾ, ਉਹਨਾਂ ਦਾ ਵੀ ਇਹ ਆਖਰੀ ਫੈਸਲਾ ਵਾ ਕਿ ਜਦੋਂ ਇਹਨੂੰ ਪੰਜਾਬ ਦੀ ਧਰਤੀ 'ਤੇ ਲਿਆਂਦਾ ਜਾਊ ਅਸੀਂ ਫਿਰ ਹੀ ਅੰਨ ਛਕਾਂਗੇ, ਨਹੀਂ ਤਾਂ ਮਰਨ ਦੇ ਟਾਈਮ ਵੀ ਸਾਡੇ ਮੂੰਹ 'ਚ ਅਸ਼ਾਮ ਦਾ ਪਾਣੀ ਨਾ ਪਾਇਆ ਜਾਵੇ। ਬਾਕੀ ਇਹ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨਾਂ ਨੇ ਕਿੱਦਾਂ ਕਰਨਾ, ਕਿੱਦਾਂ ਇਹ ਕਰਨਾ ਚਾਹੁੰਦੇ, 84 ਲਿਆਉਣੀ ਚਾਹੁੰਦੇ ਕਿ ਕੀ ਸਿੰਘਾਂ ਨੂੰ ਬਚਾਉਣਾ ਚਾਹੁੰਦੇ ਆ, ਉਹ ਹੁਣ ਇਹਨਾਂ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਹੁਣ ਉੱਤੋਂ ਦੀ ਮਿੱਠੀਆਂ ਗੋਲੀਆਂ ਦੇਣ ਡਿਆ, ਉਹ ਅਸੀਂ ਲੈਣੀਆਂ ਨਹੀਂ ਕਿਉਂਕਿ ਸਾਨੂੰ ਪ੍ਰਸ਼ਾਸਨ 'ਤੇ ਵਿਸ਼ਵਾਸ ਹੀ ਕੋਈ ਨਹੀਂ। ਸਾਲ ਹੋ ਗਿਆ ਅੰਮ੍ਰਿਤਸਰ ਵਾਲੇ ਮੁੰਡਿਆਂ ਦਾ ਕੀ ਕਸੂਰ ਸੀ, ਜਿਨ੍ਹਾਂ ਦੀ ਕੋਈ ਜ਼ਮਾਨਤ ਨਹੀਂ ਅਜੇ ਤੱਕ ਹੋ ਸਕੀ। ਕੋਈ ਕੇਸ, ਕਿਹੜਾ ਕੇਸ ਆ ਐਡਾ ਜਿਹੜਾ ਕਤਲ ਦੇ ਕੇਸ ਦੀ 6 ਮਹੀਨੇ ਬਾਅਦ ਜ਼ਮਾਨਤ ਹੋ ਜਾਂਦੀ? ਕਿਹੜੇ ਇਹਨਾਂ 'ਤੇ ਕੇਸ ਆ ਜਿਹੜੇ 6-7 ਮੁੰਡੇ ਨਜਾਇਜ਼ ਵਿੱਚ ਫੜੇ ਆ, ਜ਼ਿੰਦਗੀਆਂ ਬਰਬਾਦ ਹੋ ਗਈਆਂ ਉਹਨਾਂ ਦੀਆਂ, ਫਾਈਲਾਂ ਲੱਗੀਆਂ ਸੀ ਬਾਹਰ ਦੀਆਂ, ਉਹਨਾਂ ਨੂੰ ਇਹਨਾਂ ਨੂੰ 6 ਮਹੀਨੇ ਹੋ ਗਏ, ਸਾਨੂੰ ਮਿੱਠੀ ਗੋਲੀ ਦਿੰਦਿਆਂ ਨੂੰ ਦਹਾਂ ਨੂੰ ਛੱਡਦੇ ਨੇ, ਮਹੀਨੇ ਨੂੰ ਛੱਡਦੇ ਨੇ, ਉਹ ਨਹੀਂ ਛੱਡਿਆ ਅਸੀਂ ਇਹਨਾਂ 'ਤੇ ਪ੍ਰਸ਼ਾਸਨ 'ਤੇ ਵਿਸ਼ਵਾਸ ਕਿੱਦਾਂ ਕਰ ਲਈਏ? ਸਾਨੂੰ ਇਹਨਾਂ 'ਤੇ ਕੋਈ ਵਿਸ਼ਵਾਸ ਨਹੀਂ ਹੈਗਾ, ਅਸੀਂ ਆਪਣੀ ਜਿਹੜੀ ਭੁੱਖ ਹੜਤਾਲ ਜਾਰੀ ਰੱਖਾਂਗੇ। ਜਿੰਨੀ ਦੇਰ ਉਹ ਪੰਜਾਬ ਦੀ ਧਰਤੀ 'ਤੇ ਨਹੀਂ ਆਉਂਦੇ, ਆਣ ਕੇ ਰੋਟੀ ਨਹੀਂ ਖਾਂਦੇ, ਉੱਨੀ ਦੇਰ ਅਸੀਂ ਨਾ ਉੱਠਾਂਗੇ ਨਾ ਰੋਟੀ ਖਾਵਾਂਗੇ।